ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਗੱਲ ਕਰਦੇ ਹਾਂ ਆਪਾਂ ਪਾਣੀ ਦੀ। ਪਾਣੀ ਤੁਸੀਂ ਦੇਖੋ ਜੀ, ਜਦੋਂ ਦੌਰ ਸ਼ੁਰੂ ਹੋਇਆ ਉਸ ਟਾਈਮ ਲੋਕ ਟੋਭਿਆਂ 'ਚੋਂ ਜਾਂ ਨਾਲੇ ਚੱਲਦੇ ਹੁੰਦੇ ਸੀ, ਉਹ ਪਾਣੀ ਸਾਫ਼ ਕਰਕੇ ਪੀਂਦੇ ਹੁੰਦੇ ਸੀ। ਟਾਈਮ ਬਦਲਿਆ, ਲੋਕਾਂ ਨੇ ਫਿਰ ਖੂਹ ਪੱਟ ਲਏ। ਮੇਰੇ ਯਾਦ ਜਿੱਦਾਂ ਹੁਣ ਮੇਰੇ ਘਰ ਦੇ ਵੀ ਗੱਲ ਕਰਦੇ ਹੁੰਦੇ ਸੀ, ਸਾਨੂੰ ਦੱਸਦੇ ਹੁੰਦੇ ਸੀ, ਕਹਿੰਦੇ ਵੀ ਜਿਹੜਾ ਸਵੇਰੇ ਸਵੇਰੇ ਜਾ ਕੇ ਖੂਹ ਵਿੱਚੋਂ ਪਾਣੀ ਭਰ ਲਿਆਉਂਦਾ ਸੀ ਉਹਨੂੰ ਸਾਫ਼ ਪਾਣੀ ਮਿਲਦਾ, ਜਿੰਨਾ ਕੁ ਬੰਦਾ ਲੇਟ ਹੁੰਦਾ ਸੀ ਉਹ ਪਾਣੀ ਗੰਧਲਾ ਹੋ ਜਾਂਦਾ, ਪਰ ਪਾਣੀ ਅਸੀਂ ਉਹੀ ਪੀਂਦੇ ਹੁੰਦੇ ਸੀ। ਚਲੋ ਵੀ ਉਹ ਵੀ ਟਾਈਮ ਨਿਕਲਿਆ, ਕਹਿੰਦੇ ਪਾਣੀ ਗੰਧਲਾ ਆਇਆ ਵੀ ਸਿਹਤ ਲਈ, ਜਿੱਦਾਂ ਟਾਈਮ ਨਿਕਲ ਹੀ ਜਾਂਦਾ। ਉਸ ਤੋਂ ਬਾਅਦ ਘਰ ਘਰ 'ਚ ਲਾ ਕੇ ਨਲਕੇ ਲੱਗ ਗਏ, ਇਕੱਲੇ ਇਕੱਲੇ ਘਰ ਤੁਸੀਂ ਦੇਖਿਆ ਤੁਹਾਡੇ ਵੀ ਤਾਂ ਹੁਣ ਸਭ ਦੇ ਸੋਝਿਆਂ ਵਿੱਚ ਹੋਣੇ, ਜਾਣੀ ਕਿ ਤਕਰੀਬਨ ਵੀ ਨਲਕੇ ਲੱਗ ਗਏ, ਉਹਨਾਂ ਦਾ ਪਾਣੀ ਪੀਣ ਲੱਗ ਗਏ। ਕਹਿੰਦੇ ਜੀ ਫਿਰ ਪਾਣੀ ਇਹ ਵੀ ਖਰਾਬ ਹੁੰਦਾ ਜਾਏਗਾ, ਵੀ ਇਹ ਵੀ ਪਾਣੀ 'ਚ ਹੁੰਮਕ ਜੀ ਆਉਂਦੀ ਹੈ ਵੀ ਪਾਣੀ ਇਹ ਵੀ ਖਰਾਬ ਹੋ ਗਿਆ। ਇੱਕ ਤੁਸੀਂ ਦੇਖਿਆ ਹੋਣਾ ਵੀ ਉਹ ਟਾਈਮ ਦੇ ਵਿੱਚ ਜਦੋਂ ਆਪਾਂ ਕੋਈ 50 ਕਿਲੋਮੀਟਰ 'ਤੇ ਜਾਂਦੇ ਸੀ, ਪਾਣੀ ਦਾ ਟੇਸਟ ਜਿਹਾ ਬਦਲ ਜਾਂਦਾ ਹੁੰਦਾ ਸੀ, ਪਾਣੀ ਹੋਰ ਦਾ ਭਗੜਾ ਜਿਹਾ ਲੱਗਦਾ ਹੁੰਦਾ ਸੀ, ਅਤੇ ਆਪਣੇ ਪਿੰਡ ਵਾਲਾ ਪਾਣੀ ਸਵਾਦ, ਬੰਦੇ ਦਾ ਉਸ ਤਰ੍ਹਾਂ ਟੇਸਟ ਪੈ ਜਾਂਦਾ ਹੈ। ਚਲੋ ਜੀ ਨਲਕਿਆਂ ਵਾਲੇ ਦੌਰ ਵੀ ਨਿਕਲਿਆ, ਫਿਰ ਪਿੰਡ ਪਿੰਡ ਦੇ ਵਿੱਚ ਟੈਂਕੀਆਂ ਲੱਗ ਗਈਆਂ ਵੱਡੀਆਂ ਵੱਡੀਆਂ, ਹੋਰ ਡੂੰਘੇ ਬੋਰ ਹੋ ਗਏ। ਕਹਿੰਦੇ ਪਾਣੀ ਇਹ ਪੀਓ ਵੀ ਇਹ ਸ਼ੁੱਧ ਪਾਣੀ, ਕਿ ਜਿਹੜਾ ਨਲਕਿਆਂ ਦਾ ਬੋਰ ਹੁੰਦਾ ਕੋਈ 250 ਕਈ ਪਿੰਡਾਂ 'ਚ ਹੋਰ ਵੀ ਡੂੰਘੇ ਹੁੰਦੇ ਸੀ, ਵੀ ਟੈਂਕੀ ਦਾ ਜਿਹੜਾ ਪਾਣੀ 1000 ਫੁੱਟ 2000 ਫੁੱਟ ਥੱਲੇ ਹੋਰ ਡੂੰਘਾਈ ਤੋਂ ਪਾਣੀ ਲਿੱਤਾ ਹੈ, ਵੀ ਹੋਰ ਸ਼ੁੱਧ ਪਾਣੀ ਮਿਲੇ ਪੀਣ ਵਾਸਤੇ। ਟਾਈਮ ਬਦਲਿਆ, ਕਹਿੰਦੇ ਵੀ ਇਹ ਪਾਣੀ ਦੇ ਵਿੱਚ ਆਹ ਚੀਜ਼ ਨਹੀਂ ਹੈਗੀ, ਆਹ ਨਿਊਟਰਨ ਨਹੀਂ ਹੈਗਾ, ਪਾਣੀ ਇਹ ਵੀ ਖਰਾਬ ਹੋ ਗਿਆ ਜੀ। ਅਤੇ ਹੁਣ ਦੇ ਦੌਰ ਦੇ ਵਿੱਚ ਆਹ ਜਿਹੜੇ ਟੈਂਕੀਆਂ ਤੋਂ ਬਾਅਦ ਇਕੱਲੇ ਇਕੱਲੇ ਘਰ ਦੇ ਵਿੱਚ ਲੱਗ ਗਏ ਫਿਲਟਰ, ਹੁਣ ਫਿਲਟਰਾਂ ਦਾ ਪਾਣੀ ਪੀਂਦੇ ਆ। ਜਿਹੜੇ ਤਾਂ ਹੁਣ ਕੋਈ ਅਮੀਰ ਲੋਕ ਆ, ਉਹ ਤਾਂ ਹੁਣ ਆਪਣੇ ਆਪਣੇ ਘਰ ਦੇ ਵਿੱਚ ਪਾਣੀ ਦੀ ਬੋਤਲਾਂ ਲਿਆ ਕੇ ਰੱਖਦੇ ਆ, ਅਤੇ ਉਹ ਪੀਂਦੇ ਆ। ਹੁਣ ਇਕੱਲੇ ਇਕੱਲੇ ਘਰ ਦੇ ਵਿੱਚ ਫਿਲਟਰ ਲੱਗੇ ਹੋਏ ਆ, ਅਤੇ ਇਹ ਪਾਣੀ ਪੀਂਦੇ ਆ। ਕਹਿਣ ਦੀ ਗੱਲ ਇਹ ਆ ਵੀ ਦੇਖੋ, ਸਮੇਂ ਦੇ ਨਾਲ ਨਾਲ ਸਾਰੀਆਂ ਚੀਜ਼ਾਂ ਬਦਲ ਗਈਆਂ, ਅਤੇ ਹੁਣ ਫਿਲਟਰ ਲੱਗ ਗਏ। ਹੁਣ ਮੈਂ ਇਹ ਸੋਚਦਾ ਹੁੰਦਾ ਵੀ ਫਿਲਟਰਾਂ ਤੋਂ ਬਾਅਦ ਕਿਆ ਹੋਊਗਾ, ਜਦੋਂ ਫਿਲਟਰ ਨਾਲ ਪਾਣੀ ਵੀ ਦੂਸ਼ਿਤ ਹੋ ਗਿਆ, ਵੀ ਜਿੱਦਾਂ ਹੁਣ ਕਹਿੰਦੇ ਪਾਣੀ ਖਰਾਬ ਹੁੰਦਾ ਜਾਂਦਾ, ਪਾਣੀ ਦੇ ਵਿੱਚ ਇਹ ਆ ਵੋ ਜੋ ਉਹ ਨਹੀਂ ਹੈਗਾ, TDS ਨਹੀਂ ਹੈਗਾ, ਪਤਾ ਨਹੀਂ ਕਿਹੜੇ ਕਿਹੜੇ, ਮੈਂ ਤਾਂ ਹੁਣ ਇੰਨਾ ਪਤਾ ਵੀ ਨਹੀਂ, ਨੌਲੇਜ ਵੀ ਰੱਖੀ ਪਾਣੀ ਬਾਰੇ, ਅਤੇ ਵੀ ਆਹ ਵੀ ਖਤਮ ਹੋ ਗਿਆ ਉਹ ਵੀ ਖਤਮ ਹੋ ਗਿਆ, ਹੁਣ ਜੇ ਫਿਲਟਰ ਨਾਲ ਪਾਣੀ ਵੀ ਦੂਸ਼ਿਤ ਹੋ, ਇਸ ਤੋਂ ਬਾਅਦ ਕਿਆ ਹੋਊਗਾ। ਲੋੜ ਹੈ ਪਾਣੀ ਨੂੰ ਬਚਾਉਣ ਦੀ, ਪਾਣੀ ਦੀ ਜੋ ਜਿੰਨੀ ਕੁ ਵਰਤੋਂ ਤੁਸੀਂ ਉੱਨੀ ਕੁ ਆਪਾਂ ਨੂੰ ਕਰਨੀ ਚਾਹੀਦੀ ਹੈ, ਇਹਨੂੰ ਪਾਣੀ ਨੂੰ ਇੱਕ ਅਨਮੋਲ ਖਜ਼ਾਨਾ, ਇਹਨੂੰ ਸਾਂਭ ਕੇ ਰੱਖਣ ਦੀ ਲੋੜ ਹੈ, ਵੀ ਇੱਥੇ ਜ਼ਿਆਦਾ ਦੂਸ਼ਿਤ ਨਾ ਕਰੀਏ ਆਪਾਂ, ਪਾਣੀ ਦੀ ਜਿੰਨੀ ਲੋੜ ਆਪਾਂ ਉੱਨੀ ਵਰਤੋਂ ਕਰੀਏ, ਵੀ ਆਉਣ ਵਾਲੇ ਆਪਣੇ ਜੋ ਪੀੜ੍ਹੀ ਉਹਨਾਂ ਵਾਸਤੇ ਪਾਣੀ ਵਧੀਆ ਰੱਖੇ। ਹੁਣ ਇਹੀ ਹੈ ਵੀ ਆਪਾਂ ਆਪਣੇ ਵਾਸਤੇ ਸੋਚ ਰਹੇ, ਵੀ ਆਉਣ ਵਾਲੀ ਪੀੜ੍ਹੀ ਵਾਸਤੇ ਨਹੀਂ ਸੋਚ ਰਹੇ ਹੈਗੇ। ਅਤੇ ਤੁਸੀਂ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਪ੍ਰਤੀ ਆਪਾਂ ਨੂੰ ਕੀ ਕਰਨਾ ਚਾਹੀਦਾ, ਪਾਣੀ ਦੀ ਸਾਂਭ ਸੰਭਾਲ ਆਪਾਂ ਨੂੰ ਕਿਸ ਤਰ੍ਹਾਂ ਕਰਨੀ ਚਾਹੀਦੀ ਆ। ਅਤੇ ਮੈਂ ਤਾਂ ਇਹੀ ਕਹਿੰਦਾ ਵੀ ਪਾਣੀ ਦਾ, ਅਸੀਂ ਤਾਂ ਮੈਂ ਆਪਣੇ ਘਰ ਦੇ ਵਿੱਚ ਆਵੇ ਖੁਦ ਦਾ ਦੇਖਣਾ। ਮੈਂ ਹੁਣ ਤੁਹਾਨੂੰ ਇੱਕ ਪਿੰਡ ਦੀ ਗੱਲ ਵੀ ਸੁਣਾਉਂਦਾ ਮੈਂ, ਵੀ ਇਕੱਲੇ ਇਕੱਲੇ ਘਰ ਦੇ ਵਿੱਚ ਟੂਟੀਆਂ ਲੱਗੀਆਂ ਹੋਈਆਂ ਪਾਣੀ ਵਾਲੀਆਂ, ਕਈਆਂ ਨੇ ਆਪਣਾ ਪਾਣੀ ਲੈ ਲਿਆ, ਜਿੱਦਾਂ ਹੁਣ ਮੈਨੂੰ ਲੋੜ ਹੈ ਵੀ ਮੈਂ ਦੋ ਦੋ ਪਾਣੀ ਦੀਆਂ ਬਾਲਟੀਆਂ ਭਰ ਲਈਆਂ, 3 ਪਾਣੀ ਦੀ ਬਾਲਟੀਆਂ ਭਰ ਲਈਆਂ, ਜਿੰਨਾ ਕੁ ਮੈਨੂੰ ਲੋੜ ਹੈ ਮੈਂ ਉਨਾ ਕੁ ਪਾਣੀ ਆਪਣੇ ਵਾਸਤੇ ਭਰ ਲਿਆ। ਅਤੇ ਕਈਆਂ ਨੇ ਪਾਣੀ ਆਪਣਾ ਉਨਾ ਕੁ ਭਰ ਲੈਣਾ ਅਤੇ ਟੂਟੀ ਖੁੱਲ੍ਹੀ ਛੱਡ ਦੇਣੀ। ਇੱਕ ਦੋ ਨੂੰ ਮੈਂ ਪੁੱਛਿਆ ਵੀ, ਮੈਂ ਕਿਹਾ ਵੀ ਤੁਸੀਂ ਇਹ ਟੂਟੀ ਕਾਹਤੇ ਖੁੱਲ੍ਹੀ ਛੱਡੀ ਹੋਈ ਹੈ? ਕਹਿੰਦੇ ਅਸੀਂ ਇਹ ਟੂਟੀ ਦਾ ਕਿਰਾਇਆ ਦਿੰਦੇ ਹਾਂ, ਜਿੰਨਾ ਸਾਨੂੰ ਪਾਣੀ ਚਾਹੀਦਾ ਅਸੀਂ ਤਾਂ ਉਨਾ ਪਾਣੀ ਪੀ ਲਿਆ, ਹੁਣ ਇਹ ਪਾਣੀ ਅਸੀਂ ਡੋਲਣਾ, ਵੀ ਅਸੀਂ ਪੈਸੇ ਦਿੱਤੇ ਪਾਣੀ ਦੇ, ਅਸੀਂ ਇਹ ਪਾਣੀ ਪੀਣੇ ਨੂੰ, ਹੁਣ ਅਸੀਂ ਪਾਣੀ ਡੋਲਣਾ ਇਹ। ਇੱਦਾਂ ਦੇ ਦਿਮਾਗ ਵੀ ਹੈ ਲੋਕਾਂ ਦੇ। ਉਹ ਮੈਂ ਕਿਹਾ ਭਲਿਓ ਲੋਕੋ, ਫਿਰ ਮੈਂ ਉਹਨੂੰ ਦੱਸਣਾ ਵੀ ਇਹ ਪਾਣੀ ਯਾਰ ਕੀ ਤੁਸੀਂ ਬਰਬਾਦ ਕਰਦੇ ਆ। ਮੈਂ ਕਿਹਾ ਉਹ ਵੀ ਦੇਖੋ ਦੌਰ 'ਤੇ ਜਦੋਂ ਤੁਸੀਂ ਪਾਣੀ ਦੂਰ ਦੂਰ ਜਾ ਕੇ ਲੈ ਕੇ ਆਉਂਦੇ ਹੁੰਦੇ ਸੀ, ਆਹ ਤੁਸੀਂ ਰਾਜਸਥਾਨ ਦੇ ਦੇਖ ਲਓ ਵੀ ਉੱਥੇ ਜਨਾਨੀਆਂ ਘੜੇ ਭਰ ਕੇ ਕਿੰਨੀ ਕਿੰਨੀ ਦੂਰ ਦੂਰ ਮੀਲਾਂ ਮੀਲਾਂ ਦਰ ਜਾ ਕੇ ਪਾਣੀ ਲੈਣ ਜਾਂਦੀਆਂ। ਇੱਥੇ ਕਹਿੰਦਾ ਹੁੰਦਾ ਮੈਂ ਕਿਹਾ ਤੁਸੀਂ ਰੱਬ ਦਾ ਸ਼ੁਕਰ ਕਰੋ ਵੀ ਤੁਸੀਂ ਪੰਜਾਬ ਦੀ ਧਰਤੀ ਪਰ ਜਨਮ ਲਿੱਤਾ, ਵੀ ਪਾਣੀ ਤੁਹਾਡੇ ਵਾਸਤੇ ਵਧੀਆ ਪਾਣੀ ਮਿਲਿਆ ਹੋਇਆ, ਵੀ ਤੁਹਾਨੂੰ ਕਿਤੇ ਦੂਰ ਨਹੀਂ ਜਾ, ਘਰ ਦੇ ਵਿੱਚ ਇੰਨੀਆਂ ਫੈਸਿਲਿਟੀਆਂ ਜਿਹੜਾ ਨੂੰ ਉੱਥੇ ਪਾਣੀ ਨਹੀਂ ਮਿਲਦਾ, ਉਹਨਾਂ ਦੇ ਪੁੱਛ ਕੇ ਦੇਖੋ। ਕਈ ਵਾਰ ਤੁਸੀਂ ਦੇਖਿਆ ਹੋਣਾ ਪਾਣੀ ਦਾ ਆਪ ਨੂੰ ਮੈਨੂੰ ਥਿਆ ਲੱਗਦੀ, ਤਾਂ ਪਾਣੀ ਦੀ ਕਿੰਨੀ ਫਿਰ ਪਤਾ ਲੱਗਦੀ ਵੈਲਿਊ ਪਾਣੀ ਦੀ, ਕਿਆ ਵੈਲਿਊ, ਜਾਂ ਪਾਣੀ ਆਪਣੇ ਕੋਲ ਜ਼ਿਆਦਾ ਚੀਜ਼ ਆਪਾਂ ਉਹਨੂੰ ਵੈਲਿਊ ਸਮਝਦੇ ਨਹੀਂ ਹੈਗੇ। ਜਿੱਦਣ ਇਹਨੇ ਖਤਮ ਹੋਇਆ ਨਾ ਫਿਰ ਪਤਾ ਲੱਗਣਾ ਵੈਲਿਊ ਯਾਰ, ਅਸੀਂ ਤਾਂ ਇਹ ਪਾਣੀ ਬਰਬਾਦ ਕਰਦੇ ਰਹੇ ਹਾਂ। ਪਾਣੀ ਸਾਂਭਣ ਦੀ ਲੋੜ ਹੈ, ਜੋ ਵੀ ਹੈ ਤੁਸੀਂ ਕਮੈਂਟ ਜ਼ਰੂਰ ਦੱਸਿਓ, ਅਤੇ ਚੰਗਾ ਵੀ ਅੱਜ ਦੀ ਗੱਲ ਸੀ, ਬਹੁਤ ਦਿਨਾਂ ਬਾਅਦ ਵੀਡੀਓ ਪਾਈ ਹੈ, ਹੋਰ ਵੀ ਜੋ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਦਾ ਰਹੂੰਗਾ। ਓਕੇ ਜੀ, ਧੰਨਵਾਦ ਬਹੁਤ ਬਹੁਤ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ। ਬੁੰਮ।